ਯਾਰ ਇੰਜੋਏ ਤੁਹਾਨੂੰ ਵੀਡੀਓ 'ਚ ਮਿਲ ਜੂਗਾ, ਬਹੁਤ ਲੱਗੇ ਇਹੋ ਜਿਹਾ ਇੰਜੋਏ ਕਦੇ ਨਹੀਂ ਦੇਖਿਆ। ਲਓ ਵੀ ਦੋਸਤੋ, ਆਪਣਾ ਸਿਸਟਮ ਇਹ ਆ ਕਿ ਇੰਡੀਆ ਜਿੱਤ ਗਿਆ, ਬੈਠੇ ਆਪਾਂ ਘਰੇ ਸੀਗੇ, ਰਾਤ ਦੇ ਵੱਜਦੇ ਆ 10:30, ਕੁਛ ਜ਼ਿਆਦਾ ਟਾਈਮ ਨਹੀਂ ਹੋਇਆ ਖਾਸ, ਸੋਨੇ ਆਪਾਂ ਡੇਲੀ, ਮਤਲਬ ਰਾਤ ਨੂੰ 2 ਵੱਜ ਜਾਣ 3 ਵੱਜ ਜਾਣ, ਹੈ ਨਾ, ਤਾਂ ਕਰਕੇ। ਅਤੇ ਹੁਣ ਆਪਾਂ ਚੱਲੇ ਹਾਂ, ਇੱਕ ਮਿੰਟ ਜ਼ਾਕੀ, ਆਪਾਂ ਹੁਣ ਚੱਲੇ ਹਾਂ ਕਿੱਥੇ, ਜਵਾਕਾਂ ਨੂੰ ਲੈ ਕੇ ਥੋੜ੍ਹਾ ਜਿਹਾ ਬਾਹਰ, ਜਵਾਕਾਂ ਨੂੰ ਨਹੀਂ ਆਪ ਹੀ ਚੱਲੇ ਹਾਂ ਮਾਹੌਲ ਦੇਖਣ। ਇੰਡੀਆ ਜਿੱਤਿਆ, ਦੁਬਈ ਦਾ ਮਾਹੌਲ ਘੈਂਟ ਹੁੰਦਾ ਵਾ, ਅਤੇ ਇਸ ਕਰਕੇ ਵੋਮ ਵੋਮ ਵੋਮ, ਕਿਉਂ ਜ਼ਾਕੀ, ਹਾਂ ਰਾਤ ਦੇ ਵੱਜ ਗਿਆ 10:30। ਉਹ ਥੋੜੀ ਕਿੱਥੇ ਚੱਲਿਆ ਬਈ, ਓਹੋ ਬਣਦਾ ਮਾਹੌਲ ਪੂਰਾ ਬਾਰਦਵੀ ਦੇ ਵਿੱਚ ਮੁੱਕਿਆ ਨੀ, ਚੱਲ ਖਤਮ ਹੋਣ ਤੋਂ ਪਹਿਲਾਂ ਚੱਲਦਾ ਫਿਲਮ, ਹੈ ਨਾ। ਚਲੋ ਪੈਂਦਾ ਰੌਲਾ, ਹਨ ਇੱਦਾਂ ਹੀ ਰੌਲਾ ਪਾਉਂਦੇ ਹੁੰਦੇ ਆ। ਹੁਣ ਅਸੀਂ ਚੱਲੇ ਹਾਂ, ਮਤਲਬ ਤੁਹਾਨੂੰ ਦਿਖਾ ਲਈਏ ਪ੍ਰੋਗਰਾਮ, ਇੰਡੀਆ ਜਿੱਤਿਆ ਤਾਂ ਕੀ ਰੌਲਾ ਪੈਂਦਾ, ਹੈ ਨਾ। ਚਲੋ ਬਈ ਡੈਡਾ ਬੈਠਾ, ਡੈਡਾ ਅੱਗੇ ਇਹਨਾਂ ਦਾ ਇਹੀ ਰੌਲਾ ਹੁੰਦਾ, ਅੱਗੇ ਮੈਂ ਬਣਾ ਪਿੱਛੇ ਮੈਂ ਬਣਾ, ਲੇਕਿਨ ਅੱਗੇ ਤਾਂ ਇਹਨਾਂ ਦਾ ਪਿਓ ਹੀ ਬੈਠੂਗਾ ਨਾ, ਹੈ ਕਿ ਨਹੀਂ। ਚਲੋ ਬਈ, ਸ਼ਾਬਾਸ਼, ਕਿਉਂ ਸਲੀਮ, ਗੱਲ ਮੰਨਦਾ ਕਿ ਨਹੀਂ ਮੰਨਦਾ ਤੂੰ, ਹਵਾ ਨਹੀਂ ਭਰਾਈ ਆਪਾਂ ਟਾਇਰਾਂ 'ਚ ਕਦੋਂ ਦੀ, ਹਾਂ ਯਾਰ ਹਵਾ ਭਰਾਉਣੀ ਹੈ ਸਲੀਮ, ਕਿਉਂ ਨਹੀਂ ਭਰਾਉਂਦਾ ਬਈ, ਕੱਪ ਕਿਹਨੂੰ ਜਾਣਾ ਚਾਹੀਦਾ ਇਹ ਯਾਰ, ਇਹ ਸਾਰੀ ਟੀਮ ਦਾ ਹੀ ਬਣਦਾ, ਨਹੀਂ ਨਹੀਂ ਇੱਕ ਬੰਦਾ ਦੱਸ, ਰੋਹਿਤ ਸ਼ਰਮਾ, ਕੋਹਲੀ ਨੂੰ ਜਾਣਾ ਚਾਹੀਦਾ, ਹੈਂ ਕੋਹਲੀ ਨੂੰ ਨਹੀਂ ਚੱਲਿਆ, ਰੋਹਿਤ ਜਾਂ ਕਿਤੇ ਹੋਰ ਨੀ ਚੱਲਿਆ,
ਮੰਨਦੇ ਆ, ਲੇਕਿਨ ਰੋਹਿਤ ਟੀਮ ਬਣਾ ਕੇ ਲੈ ਕੇ ਚੱਲਿਆ, ਰੋਹਿਤ ਆਦਾ ਕੈਪਟਨ ਰਿਹਾ ਇਹ, ਹਾਂ ਕੈਪਟਨ ਤੋਂ ਬਿਨਾਂ ਮੈਂ ਕਹਿੰਦਾ ਉਹਨੂੰ ਹੈਂਡ ਓਵਰ ਕਰ ਦੇਣਾ ਚਾਹੀਦਾ ਵਿਰਾਟ ਕੋਹਲੀ ਨੂੰ, ਰੋਹਿਤ ਸ਼ਰਮਾ ਨਾਲੋਂ ਜ਼ਿਆਦਾ ਕਰਦਾ ਨਾ, ਜਿਵੇਂ ਹੁਣ ਸਚਿਨ ਨੂੰ ਇਹਨਾਂ ਨੇ ਕੀਤਾ ਸੀ, ਉਹ ਸੀਨੀਅਰ ਸੀ ਬਹੁਤ, ਰੋਹਿਤ ਤੇ ਕੋਹਲੀ ਸੇਮ ਜੇ ਆ, ਕਿਉਂ ਜ਼ਾਕੀ ਬਰੀਆ, ਚਲੋ ਚਲੀਏ ਫੇਰ ਬਾਬਾਸ ਆ, ਫਿਰ ਝੋਟਾ ਹੀ ਖੜਦਾ ਹੁੰਦਾ ਐਂਡ ਤੇ, ਤੁਸੀਂ ਅੱਜ ਫੋਨ ਨਹੀਂ ਕੀਤਾ ਇੰਡੀਆ ਜਿੱਤੇ ਦੇ, ਅਸੀਂ ਤਾਂ ਤੁਹਾਡਾ ਫੋਨ ਦੇਖ ਕੇ ਸਾਨੂੰ ਪਤਾ ਲੱਗ ਗਿਆ ਇੰਡੀਆ ਜਿੱਤਿਆ ਖਾ ਰਿਹਾ, ਲਓ ਵੀ ਇੰਡੀਆ ਤੋਂ ਇਨਫੋਰਮੇਸ਼ਨ, ਦਾਦੂ ਬੱਚਿਆਂ ਦੇ ਦਾਦੂ ਤੋਂ ਇਨਫੋਰਮੇਸ਼ਨ ਲਈ ਜਾ ਰਹੀ ਆ, ਠੀਕ ਆ, ਏਦਾਂ ਹੁੰਦੀ ਆ ਖੁਸ਼ੀ ਮਾਤਰਾ ਜਦੋਂ ਫਿਰ ਕੰਟਰੀ ਜਿੱਤਦਾ ਨਾ ਆਪਦਾ, ਫਿਰ ਅੱਤ ਹੋ ਜਾਂਦੀ ਆ, ਕਿਉਂਕਿ ਇਹ ਪਿਛਲੀ ਵਾਰ ਹਾਰ ਗਏ ਸੀ, ਬਹੁਤ ਮਤਲਬ ਦਿਲ ਟੁੱਟਿਆ ਸੀਗਾ ਹਨਾ, ਤੇ ਹੁਣ ਕਈਆਂ ਦੇ ਮੂੰਹ ਵੀ ਬੰਦ ਹੋ ਗਏ, ਸਾਡੀ ਟੀਮ ਤਾਂ ਹੈ ਨੀ ਫਾਈਨਲ ਚ, ਲੇਕਿਨ ਇਹ ਹਾਰ ਗਏ ਓਕੇ, ਲੇਕਿਨ ਅੱਜ ਆ ਗਿਆ ਮਜ਼ਾ, ਤੇ ਹੁਣ ਆਪਾਂ ਚੱਲਿਆ ਨਿਕਲ ਕੇ ਬਰ ਦੁਬਈ ਮਾਹੌਲ ਦੇਖਣ, ਏਅਰਪੋਰਟ ਤੇ ਲੱਗਿਆ ਸਾਲਕ, ਸਾਲਕ ਤੇ ਪੈਂਦੇ ਚਾਰ ਦਰਾਂ, ਤੇ ਥੋੜਾ ਸਫ਼ਰ ਘੱਟ ਜਾਂਦਾ, ਸਫ਼ਰ ਘੱਟ ਜਾਂਦਾ, ਉਹ ਵੀ ਤਾਂ ਵਾ ਤੂੰ ਪਹਿਲਾਂ ਵਾਲੇ ਟਾਈਮ ਚ ਤਾਂ ਰਾਸ਼ੀ ਹੁੰਦਾ ਵਾ, ਸਾਲਕ ਮਾਰਿਆ ਨਾ ਮਾਰਿਆ ਇੱਕ ਬਰਾਬਰ, ਸਿੱਧੂ ਮੂਸੇ ਵਾਲਾ ਟ੍ਰੈਫਿਕ ਆਹ ਬੜਾ ਅੱਡਾ ਜਾਣਾ ਪਛਾਣਾ ਲੱਗਦਾ ਸਲੀਮ, ਆਰ ਅੱਡਾ ਤੇ ਗੱਡੀ ਜਾਂਦੀ ਛੂਕਾ ਮਾਰਦੀ, ਕਿਉਂ ਦੇਖਿਆ ਨੀ ਯਾਰ ਫਿਰ ਬਰਦਬਈ ਦੇ ਕਰਾਮਾ ਟੱਪ ਚੱਲਿਆ ਕਰਾਮਾ, ਆਪਾਂ ਦੇਖਿਆ ਲੇਟ ਰਿਜ਼ਲਟ, ਤੇ ਡਰਦਿਆਂ ਨੇ ਦੇਖਿਆ ਹੀ ਨੀ, ਹਾਂ ਵੈਸੇ ਤਾਂ ਉਹ ਵੀ ਨੀ ਮੈਚ, ਵੈਸੇ ਇਸ ਵਾਰ ਸਕੋਰ ਵੀ ਨੀ ਦੇਖੇ,
ਅਸੀਂ ਸੋਚਿਆ ਵੀ ਚੱਲ ਐਂਡ ਤੇ ਰਿਜ਼ਲਟ ਦੇਖਾਂਗੇ, ਲੇਕਿਨ ਅਸੀਂ ਜਦੋਂ ਰਿਜ਼ਲਟ ਦੇਖਿਆ ਤਾਂ ਟਾਈਮ ਹੋ ਗਿਆ ਸੀ ਜ਼ਿਆਦਾ। ਤਾਂ ਜਿਹੜਾ ਰੌਣਕ ਮੇਲਾ ਲੱਗਦਾ ਹੁੰਦਾ ਬਰ ਦੁਬਈ ਦੇ ਵਿੱਚ, ਕਿਉਂ ਸਲੀਮੇ, ਜਿੱਤਣ ਦੀਆਂ ਰੌਣਕਾਂ ਲੱਗਦੀਆਂ ਹੁੰਦੀਆਂ ਨੇ, ਉਹ ਖਤਮ ਹੋ ਚੁੱਕਿਆ ਸੀ। ਅਸੀਂ ਸਪੈਸ਼ਲ ਗੱਡੀ ਚੱਕ ਕੇ ਆਏ ਹਾਂ, ਸਪੈਸ਼ਲ ਗੱਡੀ ਚੱਕ ਕੇ ਅਸੀਂ ਆਏ ਹਾਂ, ਅਤੇ ਲੇਕਿਨ ਉਹ ਹੁਣ ਖਤਮ ਹੋ ਗਈ ਮਾਹੌਲ। ਸੋਚਿਆ ਸੀਗਾ ਵੀ ਤੁਹਾਨੂੰ ਵਧੀਆ ਤਰੀਕੇ ਨਾਲ ਮਿਲ ਜੂਗਾ, ਹੈ ਨਾ ਸਲੀਮੇ। ਚਲੋ ਕੋਈ ਗੱਲ ਨਹੀਂ, ਨੈਕਸਟ ਟਾਈਮ ਲੈ ਲਾਂਗੇ ਆਪਾਂ ਗੇਟ ਦੇ ਵਿੱਚ। ਇਹਨੂੰ ਐਡੀ ਕਿਹੜੀ ਗੱਲ ਆ, ਤੁਸੀਂ ਬਰ ਦੁਬਈ ਦਾ ਆਨੰਦ ਮਾਣੋ। ਬਰ ਦੁਬਈ ਕਿਹੋ ਜਿਹੀ ਆ, ਕਿਉਂ ਬੰਦ ਹੋ ਗਈ ਬਾਈ, ਰੌਣਾ ਪੈ ਰਿਹਾ, ਸੁਣਦੀਆਂ ਆਵਾਜ਼ਾਂ? ਹਾਂ ਉੱਧਰ ਨਹੀਂ ਚੱਲਦਾ ਫਿਰ, ਚੱਲ ਫਿਰ ਚੱਲ। ਓਏ ਹਾਂ ਪੁਲਿਸ ਉਹਦੇ ਮਾਮੇ ਘੁੰਮਦੇ ਫਿਰਦੇ ਆ ਨਾ, ਇਹਦਾ ਮਤਲਬ ਫਿਰ ਦੌਲਾ ਪੂਰਾ ਕਾਇਮ ਆ। ਪੂਰਾ ਰਸ਼ ਪਿਆ ਪਿਆ, ਕਿਉਂ ਸਲੀਮੇ? ਹਾਂ ਗੱਡੀਆਂ ਮੂਵ ਹੀ ਨਹੀਂ ਹੋ ਰਹੀਆਂ, ਮਤਲਬ ਰਾਤ ਦੇ 12 ਵਜ ਰਿਹਾ, 11:30 ਦਾ ਟਾਈਮ ਆ, ਮੈਚ ਖਤਮ ਹੋਇਆ, ਰੌਲਾ ਇੱਥੇ ਤੱਕ ਸੁਣਦਾ ਬਿਲਡਿੰਗਾਂ ਵਿੱਚੋਂ। ਤਾਂ ਮਤਲਬ ਇਹ ਲੱਗਦਾ ਕਿ ਆਹ ਰਸ਼ ਹੋਣਾ ਨਹੀਂ ਚਾਹੀਦਾ, ਕਿਉਂਕਿ ਛੁੱਟੀ ਆ, ਛੁੱਟੀ ਦਾ ਦੇਣਾ, ਤੇ ਆਹ ਇਹ ਰਸਤਾ ਸਾਲਾ ਬੰਦ ਹੋ ਗਿਆ ਅਨਸੈਸਰੀ ਵਾਲਾ, ਕਿਉਂਕਿ ਇੱਥੇ ਕੁਛ ਨਹੀਂ, ਇਹ ਸਿਰਫ ਰਸਤਾ ਰਸ਼ ਪਿਆ ਹੈ ਨਾ, ਟ੍ਰੈਫਿਕ, ਇਹ ਮੈਚ ਆਪਣਾ ਫਾਈਨਲ ਜਿੱਤਿਆ ਕਰਕੇ ਪੈ ਰਿਹਾ। ਤੁਹਾਨੂੰ ਕਿਹਾ ਸੀ ਨਾ ਜਿਹੜਾ ਸੀਨ ਦੇਖਣਾ ਚਾਹੁੰਦੇ ਸੀ, ਸੀਨ ਆਹ ਸਾਹਮਣੇ, ਹੁਣ ਜਾ ਕੇ ਦੇਖ ਲਓ ਭਲਾ ਦੀ, ਆਹ ਚੱਕੋ, ਕਿਉਂ ਸਲੀਮੇ? ਹੋਰ ਮਾਮੇ ਪੂਰਾ ਕੰਟਰੋਲ ਕਰਾ ਰਹੇ ਆ, ਪੂਰਾ ਪੂਰਾ ਕੰਟਰੋਲ ਆ। ਗੱਡੀ ਗੱਡੀ ਆ ਗਈ, ਗੱਡੀ ਆ ਗਈ, ਗੱਡੀ ਆ ਗਈ, ਚੱਲ 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 ਆਹੂ। ਪਹਿਲਾਂ ਦਾਦੂ ਇੱਥੇ ਫੋਨ ਕਰਦੇ ਹੁੰਦੇ ਸੀ, ਹਾਂ ਇੱਥੇ ਕਾਰਡ ਪਾ ਕੇ ਫੋਨ ਕਰਦੇ ਹੁੰਦੇ ਸੀ। ਉਹ ਦੇਖੋ ਉਧਰ ਇੰਜੋਇਮੈਂਟ ਹੋ ਰਿਹਾ ਫੁੱਲ।
ਕੀ ਕਹਿੰਦਾ ਫਿਰ ਫੈਨ ਕਹਿ ਇਹੀ ਲੈ ਕਹਿ ਸਾਨੂੰ ਇੱਥੇ ਨਜ਼ਾਰੇ ਲਈ ਹਿੰਦੀ ਆ
ਪ੍ਰੋਬਲਮ।
ਕਿੱਦਾਂ ਲੱਗੀ ਕਹਾਣੀ ਫਿਰ? ਯਾਰ ਇੰਜੋਏ ਤੁਹਾਨੂੰ ਵੀਡੀਓ ਚ ਮਿਲ ਜਾਊਗਾ, ਸੌ ਲੱਗੇ ਇਹੋ ਜਿਹਾ ਇੰਜੋਏ ਕਦੇ ਨੀ ਦੇਖਿਆ ਮੈਂ। ਕਿਉਂ ਜਾਕੀ ਕਿਉਂ ਉਠਾਇਆ? ਪੂਰੀ ਗੱਲਬਾਤ ਕਾਇਮ ਹੋ ਗਈ ਹੈ ਨਾ। ਚਲੋ ਵੀ ਮਿਲਦੇ ਹੁਣ ਆਪਾਂ ਗੱਡੀ ਜਾ ਕੇ, ਫਿਰ ਤੁਹਾਨੂੰ ਸਾਰਾ ਵਿਸਤਾਰ ਪੂਰਵਕ ਦੱਸ ਦਿਆਂ ਮਾਹੌਲ। ਇਹ ਗਰਮੀ ਨਹੀਂ ਆਈ ਹੋਈ, ਪਾਣੀ ਸਿੱਟਿਆ ਬਿਲਡਿੰਗ ਚੜ੍ਹ ਸੀ ਨਾ ਉੱਤੋਂ ਪਾਣੀ ਸਿੱਟਿਆ। ਯਾਰ ਸਲੀਮ ਇਹੋ ਜਿਹਾ ਮਾਹੌਲ ਨੀ ਮੈਂ ਦੇਖਿਆ ਯਾਰ ਕਦੇ। ਕਿੰਨੇ ਸਾਲ ਬਾਅਦ ਆਪਾਂ ਨੂੰ ਮਿਲਿਆ ਦੇਖਣ ਨੂੰ ਇੰਡੀਆ ਵਿਨਰ ਆਈਪੀਐਲ ਦਾ? ਪੱਕਾ ਨੀ ਪਤਾ ਲੇਕਿਨ ਬਹੁਤ ਟਾਈਮ ਹੋ ਗਿਆ ਹਨਾ। ਆ ਮਜ਼ਾ ਆ ਗਿਆ। ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਹੁਣ ਅਗਲੇ ਹਾਲੇ ਰਾਤ ਆ ਜਾ ਫਿਰ। ਆਏ ਹੋਏ ਸੀ ਨਾ ਆਪਾਂ ਇੱਥੇ ਮੰਮਾ ਤੇ ਆਪੂ ਮੈਂ ਹਾਂ ਤੁਸੀਂ ਹਾਂ ਤਾਂ ਲੈ ਕੇ ਨਹੀਂ ਆਉਣਾ ਤੂੰ ਇੱਥੇ ਚਾਚੂ ਤਾਂ ਲੈ ਕੇ ਨਹੀਂ ਆਇਆ ਤੂੰ ਚਾ ਯਾਰ ਹੁਣ ਕੀ ਕਰਾਂਗੇ ਫਿਰ ਆਪਾਂ ਆਤਾਈ ਸਲੀਮ ਚਾਚੂ ਤਾਂ ਲੈ ਕੇ ਨਹੀਂ ਆਏ ਫਿਰ ਤੂੰ ਇਹਦਾ ਫਰੈਂਡ ਆ ਸਲੀਮ ਹੁਣ ਨਹੀਂ ਮੈਂ ਨਹੀਂ ਹੁਣ ਫਰੈਂਡ ਮੈਂ ਵੀ ਲੈ ਕੇ ਆਣਾ ਨੈਕਸਟ ਟਾਈਮ ਜਦੋਂ ਇੰਡੀਆ ਜਿੱਤੂਗਾ ਚੱਕ ਇਹ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਹਾਂ ਮੈਂ ਨਹੀਂ ਆਣਾ ਤੂੰ ਹੀ ਤਾਂ ਕਹਿੰਦਾ ਹੁੰਦਾ ਸੀ ਮੈਂ ਨਹੀਂ ਆਣਾ ਹਾਂ ਬਾਈ ਹਾਂ ਉਦੋਂ ਤੂੰ ਕਿਹਾ ਵੀ ਤੁਸੀਂ ਜਾਓ ਮੈਂ ਨਹੀਂ ਆਉਣਾ ਤੁਸੀਂ ਹਸਪੀਟਲ ਜਾਂਦੇ ਸੀ ਉਦੋਂ ਹੁਣ ਕੀ ਕਰੀਏ ਫਿਰ ਆਪਾਂ ਦੁਬਈ ਦੇ ਵਿੱਚ ਆਏ ਆ ਫਾਇਦਾ ਤੁਹਾਡਾ ਤੁਸੀਂ ਅਗਰ ਤੁਸੀਂ ਅਗਰ ਰਸ਼ ਦੇ ਵਿੱਚ ਵੀ ਜਾਂਦੇ ਹੋ ਨਾ ਤਾਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿਸੇ ਚੀਜ਼ ਦੀ ਵੀ ਸਾਰੇ ਵਧੀਆ ਤਰੀਕੇ ਨਾਲ ਡਿਸਿਪਲਿਨ ਦੇ ਵਿੱਚ ਇੰਜੋਏ ਕਰਦੇ ਨੇ ਅਤੇ ਇਹੀ ਇੱਥੇ ਫਾਇਦਾ ਵਾ। ਚਲੋ ਜੀ ਮਿਲਦੇ ਹਾਂ ਅਸੀਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ। ਕਿਉਂ ਸਲੀਮੇ ਕਰਦੇ ਫਿਰ ਬਾਬਾ ਟਾੜਾ।